ਆਪਾਂ ਅੱਜ ਬਣਾ ਰਹੇ ਹਾਂ ਨਮਕੀਨ ਚੌਲ। ਆਪਾਂ ਤੁਹਾਨੂੰ ਦੱਸਦੇ ਹਾਂ ਨਮਕੀਨ ਚੌਲ ਕਿੱਦਾਂ ਬਣਾਉਣੇ ਆ। ਮੈਂ ਉਹਦੇ ਵਿੱਚ ਆਲੂ, ਮਟਰ ਅਤੇ ਪਿਆਜ਼ ਯੂਜ਼ ਕਰਦੀ ਹਾਂ। ਇੱਕ ਗਲਾਸ ਮੈਂ ਚੌਲਾਂ ਦਾ ਲੱਤਾ, ਅਤੇ ਆਪਾਂ ਉਹਨਾਂ ਨੂੰ ਤੜਕਾ ਲਾਉਂਦੇ ਹਾਂ। ਆਹ ਦੇਖੋ ਮੈਂ ਕੁੱਕਰ ਦੇ ਵਿੱਚ ਤੇਲ ਪਾ ਲਿਆ, ਤੇਲ ਨੂੰ ਗਰਮ ਹੋਣ ਦੇਵਾਂਗੇ। ਦੇਖੋ ਤੇਲ ਗਰਮ ਹੋ ਗਿਆ, ਮੈਂ ਹੁਣ ਇਹਦੇ ਵਿੱਚ ਪਿਆਜ਼ ਪਾਵਾਂਗੀ। ਆ ਤੁਸੀਂ ਦੇਖ ਸਕਦੇ ਹੋ ਮੈਂ ਇਹਦੇ ਵਿੱਚ ਪਿਆਜ਼ ਪਾ ਲਏ ਆ। ਹੁਣ ਆਪਾਂ ਇਹਨੂੰ ਹਿਲਾਵਾਂਗੇ। ਪਿਆਜ਼ ਹੋ ਚੁੱਕੇ ਆ, ਹੁਣ ਆਪਾਂ ਇਹਦੇ ਵਿੱਚ ਆਲੂ ਪਾਵਾਂਗੇ। ਤੁਸੀਂ ਦੇਖ ਸਕਦੇ ਹੋ ਆਪਾਂ ਆਲੂ ਵੀ ਪਾ ਲਏ ਆ। ਆਲੂ 2 ਮਿੰਟ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਮਟਰ ਪਾਵਾਂਗੇ। ਤੁਸੀਂ ਦੇਖ ਸਕਦੇ ਹੋ ਮੈਂ ਇਹਦੇ ਵਿੱਚ ਮਟਰ ਪਾ ਲਏ ਆ। ਤੁਸੀਂ ਵੀ ਦੇਖ ਸਕਦੇ ਹੋ ਸਾਰੀਆਂ ਚੀਜ਼ਾਂ ਹੋ ਗਈਆਂ ਆ। ਆਪਾਂ ਇਹਦੇ ਵਿੱਚ ਲੂਣ ਪਾਵਾਂਗੇ, ਮੇਰੇ ਵਿੱਚ 1 ਚਮਚਾ ਲੂਣ ਪਾਇਆ, ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾਉਣਾ। ਮੈਂ ਇਹਦੇ ਵਿੱਚ 1/2 ਚਮਚਾ ਲਾਲ ਮਿਰਚ ਪਾਇਆ ਅਤੇ ਹਲਕੀ ਜਿਹੀ ਹਲਦੀ ਪਾਵਾਂਗੇ, ਕਿ ਮੈਨੂੰ ਜ਼ਿਆਦਾ ਯੈਲੋ ਨਹੀਂ ਚਾਹੀਦੇ। ਮੈਂ ਇਹਨੂੰ ਹਿਲਾਵਾਂਗੇ। ਆਪਾਂ ਇਹਦੇ ਵਿੱਚ 1/2 ਚਮਚਾ ਗਰਮ ਮਸਾਲੇ ਦੇ ਵੀ ਪਾਵਾਂਗੇ। ਤੁਸੀਂ ਦੇਖ ਸਕਦੇ ਹੋ ਮੈਂ ਇਹਦੇ ਵਿੱਚ ਚੌਲ ਵੀ ਪਾ ਦਿੱਤੇ ਆ। ਮੈਂ ਧੋ ਕੇ 1 ਗਲਾਸ ਚੌਲਾਂ ਦਾ ਲਿੱਤਾ ਅਤੇ ਮੈਂ ਧੋ ਕੇ ਪਾ ਦਿੱਤਾ। ਹੁਣ 1 ਗਲਾਸ ਚੌਲਾਂ ਦੇ ਵਿੱਚ ਆਪਾਂ 2 ਗਲਾਸ ਪਾਣੀ ਪਾਵਾਂਗੇ। ਤੁਸੀਂ ਦੇਖ ਸਕਦੇ ਹੋ ਮੈਂ ਇਹਦੇ ਵਿੱਚ ਪਾਣੀ ਪਾ ਲਿਆ। ਹੁਣ ਆਪਾਂ ਇਹਨੂੰ ਕੁੱਕਰ ਨੂੰ ਬੰਦ ਕਰਾਂਗੇ ਔਰ ਇਹਨੂੰ 2 ਸੀਟੀਆਂ ਲਵਾਵਾਂਗੇ। ਤੁਸੀਂ ਦੇਖ ਸਕਦੇ ਹੋ ਮੈਂ ਕੁੱਕਰ ਬੰਦ ਕਰ ਦਿੱਤਾ, ਫਿਰ 2 ਸੀਟੀਆਂ ਲਵਾਵਾਂਗੇ। ਤੁਹਾਨੂੰ ਚੌਲ ਬਣਾ ਕੇ ਦਿਖਾਵਾਂਗੇ ਕਿੱਦਾਂ ਦੇ ਬਣੇ ਆ। ਆਹ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੇ ਟੇਸਟੀ ਬਣੇ ਆ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ, ਕਮੈਂਟ ਕਰੋ ਅਤੇ ਸ਼ੇਅਰ ਕਰੋ। ਜਿਹਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬਾਏ ਬਾਏ।